ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਸੰਗ ਜੀ, ਅੱਜ ਲੋੜ ਕਿਉਂ ਪਈ ਤੁਹਾਡੇ ਨਾਲ ਰੂਬਰੂ ਹੋਣ ਦਾ? ਉਹਦਾ ਮੁੱਖ ਕਾਰਨ ਇਹ ਹੈ ਕਿ ਡੇਢ ਦਿਨ ਪਹਿਲਾਂ ਜਦੋਂ ਕੁਲਵਿੰਦਰ ਕੌਰ ਜਿਹੜੀ CISF ਦੀ ਜਵਾਨ ਹੈ ਉਹਦੀ ਅਤੇ ਕੰਗਨਾ ਰਣੌਤ ਦੇ ਬਾਰੇ ਜੋ ਏਅਰਪੋਰਟ 'ਚ ਵਾਕਿਆ ਹੋਇਆ ਉਹਦੇ ਬਾਰੇ ਮੈਂ ਟਵੀਟ ਕਰਕੇ ਆਪਦੀ ਭਾਵਨਾ ਭਾਵੇਂ ਵਿਅਕਤ ਕੀਤੀ। ਉਹਦੇ 'ਚ ਮੈਂ ਬੜਾ ਸਪਸ਼ਟ ਕਿਹਾ ਸੀਗਾ ਕਿ ਸਰਕਾਰਾਂ ਨੂੰ ਔਰ ਜ਼ਿੰਮੇਵਾਰ ਸੱਜਣਾਂ ਨੂੰ, ਜ਼ਿੰਮੇਵਾਰ ਮੈਂ ਕਿਹਨੂੰ ਗਿਣਦਾ ਜਿਨ੍ਹਾਂ ਨੂੰ ਲੋਕਾਂ ਨੇ MP MLA ਬਣਾਇਆ ਹੁੰਦਾ, ਵੈਸੇ ਸਾਰੇ ਜ਼ਿੰਮੇਵਾਰ ਨੇ, ਮਗਰ ਇਹ ਚੁਣੇ ਹੋਏ ਨੁਮਾਇੰਦੇ ਨੇ, ਇਹਨਾਂ ਦੀ ਜ਼ਿੰਮੇਵਾਰੀ ਮੈਂ ਸਮਝਦਾ ਬੜੀ ਵੱਧ ਜਾਂਦੀ ਹੈ। ਔਰ ਆਪਦੀ ਗੱਲ ਕਰਨ ਤੋਂ ਪਹਿਲਾਂ ਇਹਨਾਂ ਨੂੰ ਗੱਲ ਸੋਚਣੀ ਜ਼ਰੂਰ ਚਾਹੀਦੀ। ਔਰ ਅੱਜ ਮੈਂ ਮਜਬੂਰ ਕਿਉਂ ਹੋਇਆ ਅੱਜ ਤੁਹਾਡੇ ਨਾਲ ਰੂਬਰੂ ਹੋਣ ਲਈ ਕਿ ਵੇਖੋ ਕਿਸ ਕਿਸਮ ਦੀ ਧੱਕੇਸ਼ਾਹੀ, ਬੇਇਨਸਾਫੀ ਦੇਸ਼ ਦੀ ਅਤੇ ਭਗਵੰਤ ਮਾਨ ਦੀ ਸਰਕਾਰ ਪੰਜਾਬੀਆਂ ਨਾਲ ਕਰ ਰਹੀ ਹੈ। ਕੁਲਵਿੰਦਰ ਕੌਰ 'ਤੇ ਪਰਚਾ ਦਰਜ ਹੋ ਗਿਆ। ਮੈਂ ਪੁੱਛਣਾ ਚਾਹੁੰਦਾ, ਮੇਰਾ ਪਹਿਲਾ ਸਵਾਲ, ਕਿ ਪਰਚਾ ਕੰਗਨਾ ਰਣੌਤ 'ਤੇ ਕਿਉਂ ਨਹੀਂ ਹੋਇਆ? ਕਿਉਂਕਿ ਕਿਸੇ ਓਫਿਸ਼ੀਅਲ ਨੂੰ CISF ਦੀ ਜੇ ਕੋਈ ਡਿਊਟੀ ਕਰ ਰਹੀ ਸੀ ਉਹਦੀ ਡਿਊਟੀ 'ਚ ਵਿਘਨ ਪਾਉਣਾ ਅਤੇ ਕੀ ਇਸ ਗੱਲ ਦਾ ਪਰਚਾ ਨਹੀਂ ਹੁੰਦਾ? ਔਰ ਏਡੀ ਸੈਂਸਿਟਿਵ ਥਾਂ 'ਤੇ ਏਅਰਪੋਰਟ ਸਿਕਿਉਰਿਟੀ 'ਤੇ ਉਹ ਲੱਗੀ ਆ, ਉਹਦੀ ਜ਼ਿੰਮੇਵਾਰੀ ਆ ਕਿ ਹਰੇਕ ਨੂੰ, ਚਾਹੇ ਕੋਈ ਪ੍ਰਧਾਨ ਮੰਤਰੀ ਆਵੇ, ਕੋਈ ਵੱਡਾ ਲੀਡਰ ਆਵੇ, ਕੋਈ ਸਧਾਰਨ ਬੰਦਾ ਆਵੇ, ਸਿਕਿਉਰਿਟੀ ਚੈੱਕ ਇਜ਼ ਫੋਰ ਆਲ। ਔਰ ਇਹ ਖਬਰ ਵੀ ਆਈ ਹੈ ਕਿ ਕਿਵੇਂ ਇਹ ਫੋਨ 'ਤੇ ਲੱਗੀ ਸੀ, ਔਰ ਕੰਗਨਾ ਦਾ ਹਾਈ ਹੈਡਿਡ ਐਟੀਟਿਊਡ, ਕਿਉਂਕਿ ਉਹ ਭਾਜਪਾ ਦੀ ਸਰਕਾਰ ਦੇ ਨੇੜੇ ਹੈ, ਸਰਕਾਰਾਂ ਦੇ ਉਹਦੇ ਇਸ਼ਾਰੇ 'ਤੇ ਚੱਲਦੀਆਂ ਨੇ, ਉਹਦਾ ਐਟੀਟਿਊਡ ਬੜਾ ਇੱਕ ਵਾਰੀ ਨਹੀਂ ਅਨੇਕਾਂ ਵਾਰੀ ਝਲਕਿਆ। ਸੋ ਮੇਰਾ ਪਹਿਲਾ ਸਵਾਲ ਭਗਵੰਤ ਮਾਨ ਨੂੰ ਕਿ ਪਰਚਾ ਕੰਗਨਾ ਰਣੌਤ 'ਤੇ ਕਿਉਂ ਨਹੀਂ, ਆਪਦੀ ਸਾਂਝ ਦੱਸੋ। ਦੂਜੀ ਗੱਲ, ਸਾਧ ਸੰਗਤ ਜੀ, ਮੈਂ ਇਹ ਵੀ ਬੇਨਤੀ ਕਰਨਾ ਚਾਹੁੰਦਾ ਦਿੱਲੀ ਦੀ ਸਰਕਾਰ ਨੂੰ, ਇਹਨਾਂ ਨੂੰ ਰੋਕੋ, ਹਟਾਓ। ਉਹ ਭੈਣ ਵੀ ਕੁਲਵਿੰਦਰ ਕੌਰ ਇਸ ਹਾਲਾਤ ਲਈ ਮਜਬੂਰ ਕਿਉਂ ਹੋਏ? ਕੁਲਵਿੰਦਰ ਕੌਰ ਦਾ ਸਾਰਾ ਪਰਿਵਾਰ ਫੌਜੀ ਪਰਿਵਾਰ ਹੈ, ਉਹਦਾ ਆਪਦਾ ਘਰ ਵਾਲਾ CISF 'ਚ ਨੌਕਰੀ ਕਰ ਰਿਹਾ, ਉਹ ਆਪ CISF 'ਚ ਹੈ। ਸੋ ਉਹਨਾਂ ਨੂੰ ਜ਼ਿੰਮੇਵਾਰੀ, ਡਿਊਟੀ ਟੂਵਰਡਸ ਦਾ ਨੇਸ਼ਨ ਉਹਨਾਂ ਨੂੰ ਬਖੂਬੀ ਪਤਾ ਹੈ। ਫੌਜੀਆਂ ਦਾ ਪਰਿਵਾਰ ਹੈ, ਇਸ ਦੇਸ਼ ਵਾਸਤੇ ਭਾਜਪਾ ਦੇ ਲੀਡਰੋਂ, ਇਸ ਦੇਸ਼ ਵਾਸਤੇ ਉਹਦੇ ਪਰਿਵਾਰਾਂ ਨੇ ਕੁਰਬਾਨੀਆਂ ਕੀਤੀਆਂ ਨੇ, ਔਰ ਇਹ ਪੰਜਾਬੀ ਮਿੱਟੀ, ਪੰਜਾਬੀ ਕੌਮ ਦੇਸ਼ ਦੇ ਵਾਸਤੇ ਇਕੱਲਾ ਕੁਰਬਾਨ ਨਹੀਂ ਹੁੰਦਾ, ਦੇਸ਼ ਨੂੰ ਨੈਸ਼ਨਲ ਸਿਕਿਉਰਿਟੀ ਨਹੀਂ ਦਿੰਦਾ, ਦੇਸ਼ ਨੂੰ ਫੂਡ ਸਿਕਿਉਰਿਟੀ ਵੀ ਦਿੰਦਾ, ਦੇਸ਼ ਨੂੰ ਅੰਨ ਦਿੰਦਾ। ਇਸੇ ਕਾਰਨ ਜੈ ਜਵਾਨ ਜੈ ਕਿਸਾਨ ਦਾ ਨਾਰਾ ਬੁਲੰਦ ਹੁੰਦਾ। ਮਗਰ ਤੁਸੀਂ ਕਿਸੇ ਨੂੰ ਇੰਨਾ ਮਜਬੂਰ ਕਰਦੇ ਹੋ, ਹਰੇਕ ਨੂੰ ਆਪਦੇ ਮਾਪੇ ਪਿਆਰੇ ਨੇ, ਤੁਹਾਡੀ ਲੀਡਰ ਅੱਜ ਜਿਹਨੂੰ ਤੁਸੀਂ MP ਬਣਾਇਆ, MP ਸੀਟ ਦੇਣ ਦੇ ਯੋਗ ਸਮਝਿਆ, ਕਿ ਇਸ ਲਈ ਸਮਝਿਆ ਭਾਜਪਾ ਨੇ ਕਿ ਜਦੋਂ ਕਿਸਾਨੀ ਅੰਦੋਲਨ ਚੱਲਦਾ ਸੀ ਇਹ ਹਰੇਕ ਦੀ ਮਾਵਾਂ ਨੂੰ ਜਲੀਲ ਕਰੇ, ਇਹ ਕਵੇ ਕਿ ਇਹ ਦਿਹਾੜੀ 'ਤੇ ਆਏ ਆ 100-100 ਰੁਪਏ 'ਤੇ, ਅਤੇ ਜਿਹੜੀ ਮਾਂ ਉਸ ਗਰਮੀ 'ਚ, ਸਰਦੀ 'ਚ, ਧੁੰਦ 'ਚ, ਧੁੱਪ 'ਚ, ਜਿਹਨੇ ਉੱਥੇ ਸਾਲ ਇੱਕ ਕੱਢਿਆ, ਉੱਥੇ ਸੇਵਾ ਕੀਤੀ ਲੋਕਾਂ ਦੀ, ਅੰਦੋਲਨ ਦਾ ਹਿੱਸਾ ਬਣੇ, ਕਿ ਉਹਦੀ ਆਉਣ ਵਾਲੀ ਪੀੜ੍ਹੀ ਪੰਜਾਬੀਆਂ ਦੀ, ਕਿ ਆਉਣ ਵਾਲਾ ਅੰਨਦਾਤਾ ਦੇਸ਼ ਦਾ ਮਹਿਫੂਜ਼ ਹੋਵੇ, ਉਹਦੀ ਪੀੜਾ ਤਾਂ ਮਹਿਸੂਸ ਨਹੀਂ ਕੀਤੀ, ਚੱਕ ਕੇ ਬਿਆਨ ਦਿੱਤਾ ਜੀ ਇਹ ਤਾਂ ਦਿਹਾੜੀ 'ਤੇ ਆਈ ਹੈ। ਅਤੇ ਸਾਧ ਸੰਗਤ ਜੀ, ਜੇ ਕਿਸੇ ਦੇ ਮਾਂ ਬਾਪ ਨੂੰ ਜ਼ਲੀਲ ਕਰੋਗੇ ਨਾ, ਹਰੇਕ
ਬੱਚੇ ਚ ਜਿਹੜਾ ਆਪਦੇ ਮਾਪਿਆਂ ਦਾ ਸਤਿਕਾਰ ਕਰਦਾ ਹੈ ਕਿਤੇ ਨਾ ਕਿਤੇ ਤਾਂ ਜ਼ਰੂਰ ਇਨਸਲਟ ਔਰ ਭਾਵੁਕ ਹੋਊਗਾ। ਔਰ ਮੈਂ ਸਮਝਦਾ ਕਿ ਉਹਨੇ ਕੋਈ ਇਹੋ ਜਿਹਾ ਕਾਨੂੰਨ ਨਹੀਂ ਤੋੜਿਆ, ਉਹਨੇ ਸਿਰਫ ਆਪਦਾ ਇੱਕ ਪ੍ਰੋਟੈਸਟ ਜ਼ਾਹਿਰ ਕੀਤਾ। ਔਰ ਉਹ ਕੀਤਾ ਕਿ ਨਹੀਂ ਕੀਤਾ, ਦਿਸ ਇਜ਼ ਅ ਮੈਟਰ ਆਫ ਇਨਵੈਸਟੀਗੇਸ਼ਨ ਕਿ ਕੰਗਨਾ ਨੇ ਫਿਰ ਮਿਸਬਿਹੇਵ ਕੀਤਾ। ਔਰ ਮੈਂ ਅੱਜ ਫਿਰ ਅਪੀਲ ਕਰਦਾ ਦੈਟ ਵੀ ਡਿਮਾਂਡ ਐਨ ਇੰਡੀਪੈਂਡੈਂਟ ਹਾਈ ਕੋਰਟ ਮੋਨੀਟਰਡ ਪ੍ਰੋਬ, ਕਿਉਂਕਿ ਨਾ ਤਾਂ ਭਗਵੰਤ ਮਾਨ ਟਾਊਟ ਤੇ ਵਿਸ਼ਵਾਸ ਹੈ ਤੇ ਨਾ ਕੇਂਦਰ ਦੀ ਸਰਕਾਰ ਤੇ ਵਿਸ਼ਵਾਸ ਹੈ। ਔਰ ਮੈਂ ਭਾਜਪਾ ਦੇ ਲੀਡਰਾਂ ਨੂੰ ਜਾਖੜ ਸਾਹਿਬ ਨੂੰ ਕਹਿਣਾ ਚਾਹੁੰਦਾ, ਇਹ ਤਾਂ ਕਹਿਤਾ ਕਿ CSF ਦੀ ਬੀਬੀ ਨੇ ਆਪਦੀ ਜ਼ਿੰਮੇਵਾਰੀ ਗਲਤ ਕਰਤੀ, ਉਸ ਭੈਣ ਬਾਰੇ ਤਾਂ ਟਿੱਪਣੀ ਕਰਤੀ, ਤੇ ਇਹ ਟਿੱਪਣੀ ਨਾ ਕਰਨੀ ਠੀਕ ਸਮਝੀ ਜਿਹੜੀ ਕੰਗਨਾ ਰੋਜ਼ ਕਹਿ ਦਿੰਦੀ ਹੈ, ਰੋਜ਼ ਜਲੀਲ ਕਰਦੀ ਹੈ ਪੰਜਾਬ ਦੀਆਂ ਮਾਂ ਬੇਟੀਆਂ ਨੂੰ, ਤੇ ਜਿਹੜੀ ਕੰਗਨਾ ਕਹਿੰਦੀ ਹੈ ਕਿ ਜੀ ਇਹ ਪੰਜਾਬੀ ਤਾਂ ਦੇਸ਼ ਦਰੋਹੀ ਨੇ, ਜੀ ਇਹ ਤਾਂ ਟੈਰਰਿਸਟ ਨੇ, ਉਗਰਵਾਦੀ ਨੇ। ਕੀ ਤੁਸੀਂ ਸਮਝਦੇ ਹੋ ਜਾਖੜ ਸਾਹਿਬ ਇਹ ਉਗਰਵਾਦੀ ਨੇ? ਅੱਜ ਪੰਜਾਬ ਦੇ ਲੋਕਾਂ ਨੇ ਇੱਕ ਮੈਂਡੇਟ ਦਿੱਤਾ, ਔਰ ਉਸ ਮੈਂਡੇਟ ਤੋਂ ਵੀ ਸਮਝੋ ਕਿ ਪੰਜਾਬੀ ਜਾਂ ਕਸ਼ਮੀਰੀ ਇਸ ਫੀਲਿੰਗ ਆਈਸੋਲੇਟਡ, ਉਹ ਇਹ ਮਹਿਸੂਸ ਕਰ ਰਿਹਾ ਕਿ ਦੇਸ਼ ਸਾਨੂੰ ਆਪਣਾ ਨਹੀਂ ਬਣਾ ਰਿਹਾ, ਇੱਕ ਆਈਸੋਲੇਸ਼ਨ ਕੀਤੀ ਜਾ ਰਹੀ ਹੈ, ਸਿੰਗਲ ਆਊਟ ਕੀਤਾ ਜਾ ਰਿਹਾ। ਔਰ ਉਹ ਸਿੰਗਲ ਆਊਟ ਕਰਕੇ ਦੇਸ਼ ਦੇ ਪ੍ਰਤੀ ਸਭ ਤੋਂ ਵੱਡੀ ਨਫ਼ਰਤ ਦੇ ਬੀਜ ਤੁਸੀਂ ਬੋ ਰਹੇ ਹੋ, ਔਰ ਦੇਸ਼ ਨੂੰ ਡਿਵਾਈਡ ਕਰਨ ਦੀ ਸਾਜਿਸ਼ ਚੱਲ ਰਹੀ ਹੈ। ਅੱਜ ਪੰਜਾਬ 'ਚ ਵੀ ਜੋ ਡਿਵਾਈਡ ਪੈਦਾ ਕਰਤਾ ਵਿਦ ਦਿਸ ਹੇਟ ਪੋਲੀਟਿਕਸ, ਇਸ ਤੋਂ ਬਚਣ ਦੀ ਲੋੜ ਹੈ। ਔਰ ਮੇਰੀ ਦੋ ਡਿਮਾਂਡਾਂ ਕਿ ਸਿਰਫ ਕੁਲਵਿੰਦਰ ਕੌਰ ਤੇ ਪਰਚਾ ਕਿਉਂ, ਕੰਗਨਾ ਨਰੌਤ ਤੇ ਪਰਚਾ ਹੋਵੇ, ਔਰ ਭਗਵੰਤ ਮਾਨ ਨਹੀਂ ਕਰਦਾ ਤੇ ਟਾਊਟੀ ਕਰਦਾ, ਕਿਉਂਕਿ ਇੱਕ ਸਰਕਾਰੀ ਅਫਸਰ ਨੂੰ ਉਹਦੀ ਡਿਊਟੀ ਕਰਨ ਤੋਂ ਰੋਕਣਾ ਵੀ ਇੱਕ ਗੁਨਾਹ। ਦੂਜੀ ਗੱਲ, ਇਹ ਇਨਕੁਆਇਰੀ ਇਹ ਸਾਰੀ ਹਾਈਕੋਰਟ ਮੋਨੀਟਰਡ ਹੋਵੇ, ਸਰਕਾਰਾਂ ਤੇ ਵਿਸ਼ਵਾਸ ਨਹੀਂ। ਔਰ ਤੀਜੀ ਗੱਲ ਭਾਜਪਾ ਨੂੰ ਕਿ ਭਾਈ ਪੰਜਾਬੀਆਂ ਨੂੰ ਜਿਹੜੇ ਦੇਸ਼ ਲਈ ਮਰੇ ਆ, ਜਿਹੜੇ ਦੇਸ਼ ਨੂੰ ਅੰਨ ਦਿੰਦੇ ਆ, ਤੁਸੀਂ ਉਹਨਾਂ ਦੀ ਮਾਂ ਬੇਟੀਆਂ ਨੂੰ, ਬਾਪ ਨੂੰ, ਭਰਾਵਾਂ ਨੂੰ ਜਲੀਲ ਕਰਨਾ ਬੰਦ ਕਰੋ। ਔਰ ਯਾਦ ਕਰੋ ਜਦੋਂ ਗਲਵਾਨ ਦੇ ਕਲੈਸ਼ ਚ ਸਭ ਤੋਂ ਵੱਡੀ ਸ਼ਹਾਦਤ ਕਿਹਨੇ ਦਿੱਤੀ ਸੀ? ਔਰ ਕਿਸੇ ਦੇ ਮਾਂ ਬਾਪ ਨੂੰ ਜਲੀਲ ਕਰੋਗੇ, ਕਿਸੇ ਨਾ ਕਿਸੇ ਰੂਪ ਚ ਤੁਸੀਂ ਕਿਸੇ ਨੂੰ ਉਛਾਓਗੇ, ਤੁਸੀਂ ਪ੍ਰਵੋਕ ਕਰੋਗੇ, ਤੇ ਕੋਈ ਨਾ ਕੋਈ ਭਾਵਨਾ ਤਾਂ ਬਾਹਰ ਨਿਕਲ ਕੇ ਆਊਗੀ। ਔਰ ਮੈਂ ਸਮਝਦਾ ਉਹਨੇ ਕੋਈ ਇਹੋ ਜਿਹਾ ਕਦਮ ਨਹੀਂ ਲਿਆ, ਕੋਈ ਇਹੋ ਜਿਹਾ ਕਾਨੂੰਨ ਨਹੀਂ ਤੋੜਿਆ, ਮਗਰ ਪੰਜਾਬੀਆਂ ਨੂੰ ਉਛਾਉਣਾ, ਪ੍ਰਵੋਕ ਕਰਨਾ, ਔਰ ਪੰਜਾਬੀਆਂ ਨੂੰ ਦੇਸ਼ ਦਰੋਹੀ ਦੱਸਣਾ, ਪੰਜਾਬ ਨੂੰ ਐਂਟੀ ਨੈਸ਼ਨਲ ਦੱਸਣਾ, ਇਹ ਕੰਮ ਬੰਦ ਹੋਣਾ ਚਾਹੀਦਾ। ਕਿਉਂਕਿ ਜਿੰਨੇ ਪੰਜਾਬੀ ਨੈਸ਼ਨਲਿਸਟ ਤੇ ਪੈਟਰੀਓਟਿਕ ਇਹ ਦੇਸ਼ ਲਈ ਵਫ਼ਾਦਾਰ ਨੇ, ਉਹਨਾਂ ਹੋਰ ਕੋਈ ਕੌਮ ਨਹੀਂ। ਮੈਂ ਆਸ ਕਰੂੰਗਾ, ਉਮੀਦ ਕਰੂੰਗਾ ਕਿ ਇਹਨਾਂ ਚੀਜ਼ਾਂ ਤੇ ਗੌਰ ਕਰਦਿਆਂ ਹੋਇਆ ਇੱਕ ਕਮੇਟੀ ਬੈਠੂਗੀ, ਹਾਈਕੋਰਟ ਮੋਨੀਟਰਡ ਇਨਕੁਆਇਰੀ ਹੋਊਗੀ, ਨਹੀਂ ਤਾਂ ਸੱਚ ਕਦੇ ਸਾਹਮਣੇ ਨਹੀਂ ਆਉਣਾ। ਔਰ ਅਸੀਂ ਅੱਜ, ਮੈਂ ਆਪਦੇ ਵੱਲੋਂ ਵੀ ਵਿਸ਼ਵਾਸ ਦਵਾਉਂਦਾ, ਸਾਡੇ ਯੂਥ ਅਕਾਲੀ ਦਲ ਦੇ ਤੇਜਿੰਦਰ ਸਾਹਿਬ ਨੇ ਵੀ ਜਲੰਧਰ ਇਹ ਫੈਸਲਾ ਕੀਤਾ ਕਿ ਪਰਿਵਾਰ ਦੀ ਉਹਨਾਂ ਨੇ ਮਦਦ ਦਾ ਅਨਾਊਂਸ ਕੀਤਾ, ਸ਼੍ਰੋਮਣੀ ਅਕਾਲੀ ਦਲ। ਔਰ ਮੈਂ ਆਪ ਜਿਸ ਕਿਸਮ ਦੀ ਵੀ ਮਦਦ ਅਸੀਂ ਕਰ ਸਕਾਂਗੇ ਇਸ ਪਰਿਵਾਰ ਦੀ, ਅਸੀਂ ਪਰਿਵਾਰ ਨਾਲ ਖਰੋਤੇ ਹਾਂ, ਇਹ ਮੇਰਾ ਵਿਸ਼ਵਾਸ ਦਵਾਉਣਾ ਮੈਂ ਸਮਝਦਾ ਸੀ ਮੇਰੀ ਡਿਊਟੀ ਬਣਦੀ ਹੈ। ਕਿਉਂਕਿ ਦੋ ਦਿਨ ਦਾ ਜੋ ਕੁਛ ਚੱਲ ਰਿਹਾ ਉਦੋਂ ਤੋਂ ਮਨ ਵੀ ਦੁਖੀ ਹੋਇਆ, ਔਰ ਇਹ ਹਟ ਹੀ ਨਹੀਂ ਰਹੇ ਭਾਜਪਾ ਵਾਲੇ, ਉਸ ਗੱਲ ਤੋਂ ਵੀ ਮਨ ਆਹਤ ਹੋਇਆ ਕਿ ਭਾਈ ਬਚ ਲੈ, ਪੰਜਾਬ ਨੂੰ ਤੇ ਪੰਜਾਬੀਆਂ ਨੂੰ ਵਸ ਲੈਣ ਦਿਓ, ਸਾਨੂੰ ਜੀ ਲੈਣ ਦਿਓ। ਬਹੁਤ ਬਹੁਤ ਧੰਨਵਾਦ।